ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਠੀਕ ਠਾਕ ਹੋ ਜੀ ਸਾਰੇ? ਸੋ ਕੱਲ੍ਹ ਦੇ ਅਤੇ ਅੱਜ ਸਵੇਰ ਦੇ ਕਾਫੀ ਮੈਸੇਜ ਆ ਰਹੇ ਨੇ ਜੀ। ਸੋ ਹੰਬਲ ਮਿਊਜ਼ਿਕ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ ਗਾਣੇ ਜਿਹੜੇ ਸਾਰੇ ਉੜ ਗਏ ਨੇ, ਉਹਦੀ ਪ੍ਰੋਬਲਮ ਕਿਸੇ ਨੇ, ਕੋਈ ਹੈਕ ਚੱਲ ਰਿਹਾ ਸੀ, ਡਿਊ ਟੂ ਦੈਟ ਉਹ ਇੱਕ ਪਤਾ ਨਹੀਂ ਕਿਉਂ ਚੈਨਲ ਕਿਸੇ ਨੇ ਕਰਕੇ ਉਹ ਕੰਟੈਂਟ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ। ਬਟ ਹੋ ਜੂਗਾ ਸ਼ਾਮ ਤੱਕ ਠੀਕ ਜੀ ਸਾਰਾ ਕੁਛ। ਸੋ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਸਾਰਾ ਕੁਛ ਸੇਫਲੀ ਬੈਕ ਆ ਜੂਗਾ। ਅਤੇ ਤਦ ਤੱਕ ਦੇ ਲਈ ਰੁਕਾਵਟ ਕੇ ਲਈ ਖੇਦ ਹੈ। ਸੋ ਥੋੜ੍ਹੇ ਜਿਹੇ ਗਾਣੇ ਹਾਲੇ ਹੈਗੇ ਨੇ, ਇੰਜੋਏ ਕਰੋ, ਮੌਜਾਂ ਮਾਣੋ ਅਤੇ ਖੁਸ਼ ਰਹੋ। ਲਵ ਯੂ ਆਲ, ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਠੀਕ ਠਾਕ ਹੋ ਜੀ ਸਾਰੇ? ਸੋ ਕੱਲ੍ਹ ਦੇ ਅਤੇ ਅੱਜ ਸਵੇਰ ਦੇ ਕਾਫੀ ਮੈਸੇਜ ਆ ਰਹੇ ਨੇ ਜੀ। ਸੋ ਹੰਬਲ ਮਿਊਜ਼ਿਕ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ ਗਾਣੇ ਜਿਹੜੇ ਸਾਰੇ ਉੜ ਗਏ ਨੇ, ਉਹਦੀ ਪ੍ਰੋਬਲਮ ਕਿਸੇ ਨੇ, ਕੋਈ ਹੈਕ ਚੱਲ ਰਿਹਾ ਸੀ, ਡਿਊ ਟੂ ਦੈਟ ਉਹ ਇੱਕ ਪਤਾ ਨਹੀਂ ਕਿਉਂ ਚੈਨਲ ਕਿਸੇ ਨੇ ਕਰਕੇ ਉਹ ਕੰਟੈਂਟ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ। ਬਟ ਹੋ ਜੂਗਾ ਸ਼ਾਮ ਤੱਕ ਠੀਕ ਜੀ ਸਾਰਾ ਕੁਛ। ਸੋ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਸਾਰਾ ਕੁਛ ਸੇਫਲੀ ਬੈਕ ਆ ਜੂਗਾ। ਅਤੇ ਤਦ ਤੱਕ ਦੇ ਲਈ ਰੁਕਾਵਟ ਕੇ ਲਈ ਖੇਦ ਹੈ। ਸੋ ਥੋੜ੍ਹੇ ਜਿਹੇ ਗਾਣੇ ਹਾਲੇ ਹੈਗੇ ਨੇ, ਇੰਜੋਏ ਕਰੋ, ਮੌਜਾਂ ਮਾਣੋ ਅਤੇ ਖੁਸ਼ ਰਹੋ। ਲਵ ਯੂ ਆਲ, ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਠੀਕ ਠਾਕ ਹੋ ਜੀ ਸਾਰੇ? ਸੋ ਕੱਲ੍ਹ ਦੇ ਅਤੇ ਅੱਜ ਸਵੇਰ ਦੇ ਕਾਫੀ ਮੈਸੇਜ ਆ ਰਹੇ ਨੇ ਜੀ। ਸੋ ਹੰਬਲ ਮਿਊਜ਼ਿਕ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ ਗਾਣੇ ਜਿਹੜੇ ਸਾਰੇ ਉੜ ਗਏ ਨੇ, ਉਹਦੀ ਪ੍ਰੋਬਲਮ ਕਿਸੇ ਨੇ, ਕੋਈ ਹੈਕ ਚੱਲ ਰਿਹਾ ਸੀ, ਡਿਊ ਟੂ ਦੈਟ ਉਹ ਇੱਕ ਪਤਾ ਨਹੀਂ ਕਿਉਂ ਚੈਨਲ ਕਿਸੇ ਨੇ ਕਰਕੇ ਉਹ ਕੰਟੈਂਟ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ। ਬਟ ਹੋ ਜੂਗਾ ਸ਼ਾਮ ਤੱਕ ਠੀਕ ਜੀ ਸਾਰਾ ਕੁਛ। ਸੋ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਸਾਰਾ ਕੁਛ ਸੇਫਲੀ ਬੈਕ ਆ ਜੂਗਾ। ਅਤੇ ਤਦ ਤੱਕ ਦੇ ਲਈ ਰੁਕਾਵਟ ਕੇ ਲਈ ਖੇਦ ਹੈ। ਸੋ ਥੋੜ੍ਹੇ ਜਿਹੇ ਗਾਣੇ ਹਾਲੇ ਹੈਗੇ ਨੇ, ਇੰਜੋਏ ਕਰੋ, ਮੌਜਾਂ ਮਾਣੋ ਅਤੇ ਖੁਸ਼ ਰਹੋ। ਲਵ ਯੂ ਆਲ, ਥੈਂਕ ਯੂ ਸੋ ਮੱਚ।